सड़कां ते वड्डे हॉर्न ते बिना हैलमेट ते बिना लाइसेंस तो व्हीकल कढ रहे हो तो सावधान हो जाओ क्योंकि ट्रैफिक पुलिस सख्त नज़र आ रही है। ये जिहड़े व्हीकल अपने बिना नंबरी है जी जां ट्रिपल राइडिंग करते हैं जां जिहड़े माँ प्यो है जिहड़े छोटे बच्चों नूं व्हीकल दे देंदे आ अंडरएज जिहनूं आपां कहिंदे आ उन्हां दे चलान कीते जा रहे हैं जी। ਜਿਹੜੇ ਇਸ ਤਰ੍ਹਾਂ ਦੇ ਮੂੰਹ ਬੰਨ ਕੇ ਜਾਂ ਇਸ ਤਰ੍ਹਾਂ ਦੇ ਅਨਸਰ ਆ ਸ਼ਰਾਰਤੀ ਅਨਸਰ ਹੈ ਉਹਨਾਂ ਦੇ ਵੱਧ ਤੋਂ ਵੱਧ ਚਲਾਨ ਕਰੋ। ਸ਼ਹਿਰ ਦੇ ਵਿੱਚ ਵੇਖਿਆ ਜਾਵੇ ਤਾਂ ਬੁਲਟਾਂ ਦੇ ਪਟਾਕੇ ਵੀ ਪਾਏ ਜਾਂਦੇ ਨੇ ਹਨਾ ਜਾਂ ਵੱਡੇ ਹਾਰਨ ਲਵਾ ਕੇ ਜੋ ਮਰੀਜ਼ ਜਾਂ ਕੋਈ ਦਿਲ ਦਾ ਮਰੀਜ਼ ਹੁੰਦਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹਾਰਨ ਮਾਰ ਕੇ ਉਹਨਾਂ ਦੇ ਵੀ ਕਈ ਚਲਾਨ। ਅਸੀਂ ਉਹਨਾਂ ਨੂੰ ਬਾਉਂਡ ਹੀ ਕਰਦੇ ਹਾਂ ਜੀ ਚਲਾਨ ਤਾਂ ਬਹੁਤ ਵੱਖਰੀ ਗੱਲ ਹੈ ਅਸੀਂ ਬਾਉਂਡ ਵੀ ਕਰਦੇ ਹਾਂ ਜਾਂ ਫੋਰ ਵੀਲਰਾਂ ਦੇ ਵੱਧ ਕਰੋ ਕਈ ਵਾਰ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਦੀ ਚੈਕਿੰਗ ਦੀ ਹਦਾਇਤ ਆ ਜਾਂਦੀ ਉਹ ਵੀ ਕੀਤੀਆਂ ਜਾਂਦੀਆਂ ਉਹਨਾਂ ਦੇ ਵੀ ਚਲਾਨ ਕੀਤੇ ਜਾਂਦੇ। ਅਗਰ ਤੁਸੀਂ ਸ਼੍ਰੀ ਮੁਕਤਸਰ ਸਾਹਿਬ ਦੀਆਂ ਸੜਕਾਂ 'ਤੇ ਵੱਡੇ ਹਾਰਨ ਅਤੇ ਬਿਨਾਂ ਹੈਲਮਟ ਅਤੇ ਬਿਨਾਂ ਲਾਇਸੈਂਸ ਤੋਂ ਵਹੀਕਲ ਕੱਢ ਰਹੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਟ੍ਰੈਫਿਕ ਪੁਲਿਸ ਸਖ਼ਤ ਨਜ਼ਰ ਆ ਰਹੀ ਹੈ। ਥਾਂ ਥਾਂ 'ਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਚਲਾਨ ਕੱਟੇ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਬਠਿੰਡਾ ਰੋਡ 'ਤੇ ਮੌਜੂਦ ਹਾਂ ਜਿੱਥੇ ਕਿ ਟ੍ਰੈਫਿਕ ਪੁਲਿਸ ਜੋ PCR ਟੀਮ ਆ ਉਹਨਾਂ ਦੇ ਵੱਲੋਂ ਚਲਾਨ ਕੱਟੇ ਜਾ ਰਹੇ ਨੇ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਲੱਗੀਆਂ ਜਾਂ ਫਿਰ ਮੂੰਹ ਟਕੇ ਹੋਏ ਨੇ ਅਤੇ ਜਾਂ ਵੱਡੇ ਹੌਰਨ ਲੱਗੇ ਹੋਏ ਨੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਪੁਲਿਸ ਵੱਲੋਂ। ਮੁਕਤਸਰ ਸਾਹਿਬ ਦੀ ਗੱਲ ਕਰੀਏ ਮੁਕਤਸਰ ਸਾਹਿਬ ਦੇ ਵਿੱਚ ਹਰ ਪਾਸੇ ਜੋ ਹਰ ਨਾਕੇ ਦੇ ਉੱਤੇ ਟ੍ਰੈਫਿਕ ਪੁਲਿਸ ਅਤੇ PCR ਦੇ ਜਵਾਨ ਮੌਜੂਦ ਨੇ ਜੋ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਬਠਿੰਡਾ ਰੋਡ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ PCR ਦੀ ਟੀਮ ਮੌਜੂਦ ਹੈ ਅਤੇ ਚਲਾਨ ਕੱਟੇ ਜਾ ਰਹੇ ਨੇ। ਗੱਲਬਾਤ ਕਰਦੇ ਹਾਂ ਸਰ ਕਿਹੋ ਜਿਹੇ ਵਹੀਕਲਾਂ ਦੇ ਅੱਜ ਚਲਾਨ ਕੱਟੇ ਗਏ? ਇਹ ਜਿਹੜੇ ਵਹੀਕਲ ਆਪਣੇ ਬਿਨਾਂ ਨੰਬਰੀ ਹੈ ਜੀ ਜਾਂ ਟ੍ਰਿਪਲ ਰਾਈਡਿੰਗ ਕਰਦੇ ਆ ਜਾਂ ਜਿਹੜੇ ਮਾਂ ਪਿਓ ਆ ਜਿਹੜੇ ਛੋਟੇ ਬੱਚਿਆਂ ਨੂੰ ਵਹੀਕਲ ਦੇ ਦਿੰਦੇ ਅੰਡਰਏਜ ਜਿਹਨੂੰ ਆਪਾਂ ਕਹਿੰਦੇ ਹਾਂ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਜੀ। SSP ਸਾਹਿਬ ਵੱਲੋਂ ਸਖ਼ਤ ਹਦਾਇਤਾਂ ਹੈ ਵੀ ਜਿਹੜੇ ਇਸ ਤਰ੍ਹਾਂ ਦੇ ਮੂੰਹ ਬੰਨ ਕੇ ਜਾਂ ਇਸ ਤਰ੍ਹਾਂ ਦੇ ਅਨਸਰ ਆ ਸ਼ਰਾਰਤੀ ਅਨਸਰ ਹੈ ਉਹਨਾਂ ਦੇ ਵੱਧ ਤੋਂ ਵੱਧ ਚਲਾਨ ਕਰੋ ਜੀ। ਵੱਧ ਤੋਂ ਵੱਧ ਉਹਨਾਂ ਦੇ ਚਲਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਵੱਧ ਤੋਂ ਵੱਧ ਚਲਾਨ ਕੀਤੇ ਜਾ ਰਹੇ ਹੈ ਜੀ। ਇੱਕ ਜੀ ਆਪਣੇ ਮੁਕਤਸਰ ਦੀ ਗੱਲ ਕਰੀਏ ਤਾਂ 2-3 ਘਟਨਾ ਸਾਹਮਣੇ ਆ ਗਈਆਂ ਜਿਵੇਂ ਮੂੰਹ ਲਵੇਟੇ ਹੋਏ ਸੀਗੇ ਅਤੇ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆਈ ਸੀ। ਇੱਥੇ ਵੀ ਆਪਾਂ ਵੇਖਦੇ ਹਾਂ ਕਈ ਮੂੰਹ ਲਵੇਟੇ ਹੁੰਦੇ ਨੇ ਉਹਨਾਂ ਦੀ ਕੀ ਕਾਰਵਾਈ ਕੀਤੀ? ਇਸੇ ਕਰਕੇ SSP ਸਾਹਿਬ ਵੱਲੋਂ ਸਖ਼ਤ ਹਦਾਇਤ ਹੈ ਵੀ ਜਿਹੜੇ ਮੂੰਹ ਬੰਨੇ ਆ ਉਹਨਾਂ ਦੇ ਵੱਧ ਤੋਂ ਵੱਧ ਉਹਨਾਂ ਨੂੰ ਅਸੀਂ ਥਾਣਾ ਲਿਜਾ ਕੇ ਛੱਡਦੇ ਹਾਂ। ਜਿਹੜਾ ਕੋਈ ਸ਼ੱਕੀ ਪੁਰਸ਼ ਹੁੰਦਾ ਜਿੱਥੇ ਸਾਨੂੰ ਜ਼ਿਆਦਾ ਸ਼ੱਕ ਹੁੰਦਾ ਪਹਿਲਾਂ ਆਪ ਪੁੱਛਗਿੱਛ ਕਰਦੇ ਹਾਂ ਫਿਰ ਥਾਣਾ ਜਾ ਕੇ ਲੈ ਕੇ ਜਾਂਦੇ ਹਾਂ। ਜੇ ਉਹਨਾਂ ਦੇ ਕੋਈ ਉਸ ਤਰ੍ਹਾਂ ਦੇ ਅਨਸਰ ਲੱਗਦੇ ਤਾਂ ਉਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਇੱਕ ਸ਼ਹਿਰ ਦੇ ਵਿੱਚ ਵੇਖਿਆ ਜਾਵੇ ਤਾਂ ਬੁਲਟਾਂ ਦੇ ਪਟਾਕੇ ਵੀ ਪਾਏ ਜਾਂਦੇ ਨੇ ਹਨਾ ਜਾਂ ਵੱਡੇ ਹਾਰਨ ਲਵਾ ਕੇ ਜੋ ਮਰੀਜ਼ ਜਾਂ ਕੋਈ ਦਿਲ ਦਾ ਮਰੀਜ਼ ਹੁੰਦਾ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹਾਰਨ ਮਾਰ ਕੇ ਉਹਨਾਂ ਦੇ ਵੀ ਕਈ ਚਲਾਨ ਕੱਟੇ ਗਏ? ਅਸੀਂ ਉਹਨਾਂ ਨੂੰ ਬਾਉਂਡ ਹੀ ਕਰਦੇ ਹਾਂ ਜੀ ਚਲਾਨ ਤਾਂ ਬਹੁਤ ਵੱਖਰੀ ਗੱਲ ਹੈ ਅਸੀਂ ਬਾਉਂਡ ਵੀ ਕਰਦੇ ਹਾਂ। ਅੱਗੇ ਤੋਂ SSP ਸਾਹਿਬ ਹੋਰ ਸਖ਼ਤ ਨੇ ਜੇ ਹੁਣ ਵੀ ਨਾ ਮਤਲਬ ਸੁਧਾਰ ਹੋਇਆ ਤਾਂ ਪਰਚਾ ਵੀ ਦਿੱਤੇ ਜਾਣਗੇ ਉਹਨਾਂ 'ਤੇ ਜੀ। ਜੇ ਅੱਜ ਕਿੱਥੇ ਮੁਕਤਸਰ ਦੇ ਵਿੱਚ ਕਿੱਥੇ ਕਿੱਥੇ ਨਾਕੇ ਲਾਏ ਗਏ? ਅੱਜ ਹਰ ਇੱਕ ਜਗ੍ਹਾ 'ਤੇ ਪੁਆਇੰਟ ਬਣਾਏ ਆ SSP ਸਾਹਿਬ ਵੱਲੋਂ ਜਿਵੇਂ ਅਜੀਤ ਸਿਨਮਾ ਇਹ ਬਠਿੰਡਾ ਰੋਡ ਹੈ, ਮੰਗੇ ਦਾ ਪੰਪ ਹੈ, ਆਪਣਾ ਬਾਂਸਲ ਹੋਸਪਿਟਲ ਹੈ, ਡਾਕਟਰ ਕੇਰ ਸਿੰਘ ਚੌਂਕ ਹੈ, ਮਸੀਤ ਚੌਂਕ ਹੈ, ਅਲੱਗ ਅਲੱਗ ਜਗ੍ਹਾ 'ਤੇ ਟੀਮਾਂ ਬਣਾਈਆਂ SSP ਸਾਹਿਬ ਵੱਲੋਂ ਹਦਾਇਤ ਹੁੰਦੀ ਹੈ ਜਿੰਨੇ ਚਿਰ ਦੀ ਸਾਨੂੰ ਹੁਕਮ ਹੁੰਦਾ ਵੀ ਇੰਨੇ ਚਿਰ ਵਾਸਤੇ ਨਾਕਾ ਲਾਇਆ ਜਾਵੇ ਅਤੇ ਇਹਨਾਂ ਦੇ ਵੱਖ ਵੱਖ ਵਹੀਕਲਾਂ ਦੇ ਇਸ ਤਰ੍ਹਾਂ ਦੀ ਚਲਾਨ ਕੀਤੇ ਜਾਣ। ਉਹ ਵੀ ਵੱਖ ਵੱਖ ਹਦਾਇਤ ਆਉਂਦੀ ਹੈ ਮੂੰਹ ਬੰਨਿਆਂ ਵਾਲੇ ਦੇ ਵੱਧ ਕਰੋ ਜਾਂ ਫੋਰ ਵੀਲਰਾਂ ਦੇ ਵੱਧ ਕਰੋ, ਕਈ ਵਾਰ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਦੀ ਚੈਕਿੰਗ ਦੀ ਹਦਾਇਤ ਆ ਜਾਂਦੀ ਉਹ ਵੀ ਕੀਤੀਆਂ ਜਾਂਦੀਆਂ ਉਹਨਾਂ ਦੇ ਵੀ ਚਲਾਨ ਕੀਤੇ ਜਾਂਦੇ। ਕਿੰਨੇ ਕੁ ਚਲਾਨ ਤੁਹਾਡੇ ਵੱਲੋਂ ਕੱਟ ਦਿੱਤੇ? ਤਕਰੀਬਨ ਹੁਣ ਤੱਕ 10 ਚਲਾਨ ਕਰ ਦਿੱਤੇ ਗਏ ਜੀ। ਅੱਗੇ ਸਾਰਾ ਦਿਨ ਪਿਆ, ਜਦੋਂ ਵੀ ਹੁਕਮ ਆਊਗਾ ਦੁਬਾਰਾ ਨਾਕਾ ਲਾਉਣ ਦਾ ਉਦੋਂ ਦੁਬਾਰਾ, ਕਿਉਂਕਿ ਕਾਰਵਾਈ ਕੀਤੀ ਜਾਊਗੀ? ਨਹੀਂ ਜੀ, ਕੁਝ ਸਮਾਂ ਅਸੀਂ ਰੁਕਣ ਤੋਂ ਬਾਅਦ ਸਾਨੂੰ ਕੋਲ ਬੀਟ ਏਰੀਆ ਦਿੱਤਾ ਹੋਇਆ SSP ਸਾਹਿਬ ਵੱਲੋਂ, ਉਹ ਬੀਟ ਏਰੀਆ ਦੇ ਵਿੱਚ ਅਸੀਂ ਗਸ਼ਤ ਕਰਦੇ ਹਾਂ ਜੀ, ਪੈਟਰੋਲਿੰਗ ਕਰਦੇ ਹਾਂ। ਜਿਵੇਂ ਕੋਈ ਘਰ ਸੁੰਨਾ ਪਿਆ ਜਾਂ ਮਤਲਬ ਕੋਈ ਸ਼ਰਾਰਤੀ ਅਨਸਰ ਬੀਟ ਦੇ ਵਿੱਚ ਏਰੀਏ ਦੇ ਵਿੱਚ ਫਿਰਦਾ, ਉਹਨੂੰ ਫੜ ਕੇ ਲਿਜਾ ਕੇ ਥਾਣੇ ਦੇ ਦੇਈਦਾ ਜੀ। ਜੇ ਪਹਿਲਾਂ ਚੈੱਕ ਕਰ ਲਈਦਾ ਫਿਜੀਕਲੀ, ਜੇ ਨਹੀਂ ਲੱਗਦਾ ਛੱਡ ਦੇਈਦਾ, ਜਾਂ ਮਤਲਬ ਉਹਨੂੰ ਪੁੱਛ ਲਈਦਾ ਵੀ ਤੂੰ ਇਸ ਏਰੀਏ ਦਾ ਬਛਿੰਦਾ ਨਹੀਂ ਗਾ, ਵਸਨੀਕ ਨਹੀਂ ਗਾ, ਤੂੰ ਇਸ ਜਗ੍ਹਾ 'ਤੇ ਕਿਉਂ ਘੁੰਮ ਰਿਹਾ? ਉਹਨੂੰ ਜੇ ਜ਼ਿਆਦਾ ਸ਼ੱਕ ਹੋਵੇ ਤਾਂ ਉਹਨੂੰ ਥਾਣੇ ਲੈ ਜਾਈਦਾ ਜੀ। ਜੋ ਇਹੋ ਜਿਹੀਆਂ ਮੰਨ ਲਓ ਕਾਰਵਾਈਆਂ ਲਗਾਤਾਰ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ, ਜਾਗਰੂਕ ਵੀ ਕੀਤਾ ਜਾ ਰਿਹਾ ਪੁਲਿਸ ਵੱਲੋਂ, ਪਰ ਲੋਕਾਂ ਵੱਲੋਂ ਕਈਆਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਆ, ਕੀ ਸੁਨੇਹਾ ਦਿਓਗੇ? ਅਸੀਂ
आम पब्लिक नूं यही मैसेज देवांगे भी SSP साहब बहुत सख्त ने इस गल्लों भी कृपा करके शहर दे विच मूँह बन के मोटरसाइकिल बाइक जिहड़े ना चलाए जाण क्योंकि कैमरों के फिर उन्हों का फेस नहीं आता जोड़े शरारती अंसर है वह इस चीज़ का लाहा ले लेंगे है कुछ ये नहीं भी हर एक इंसान ही मूँह बनया जोड़ा वह इस तरह का ही होंगे कि वैसे मूँह बन लेंगे पर आड़ दे शरारती अंसर है जोड़े वो वारदात को अंजाम दे देंगे। ये भी वेख्या गया कि जो स्कूली बच्चे होंगे ने छोटे छोटे उन्होंने उम्र नहीं होंगी है जी उन्होंने भी मापे व्हीकल फड़ा देंगे उन्होंने भी कोई चलान कट्टे जा रहे हैं ज कुछ हाँ जी ये बिल्कुल सख्त हदायत है SSP साहब वालों उन्होंने पेरेंट्स को पहला समझाया जाता जी भी इन्हों अंडर एज है ये घट उम्र दे इन्हों ना व्हीकल दौ हूँ तुम्हें पता होना एक होर ला जो पास हो गया भी जेड़ा माँ प्यो छोटी उम्र के बच्चे व्हीकल देगा वो माँ प्यो तो परचा दर्ज होना ना कि बच्चे दे जी ये साड़ी अपील है पेरेंट्स नूं भी छोटे बच्चों जिन्हों के 18 साल तो घट उम्र उम्र है जी उन्होंने व्हीकल दे के ना स्कूल भेजा जाए ना ही कितने शहर में भेजा जाए जी। तो SSP श्री मुक्तसर साहब दी सख्त हदायत ने कि नियमों की उलंघना ना की जाए पर फिर भी कुछ लोग अजिहे ने जो कि नियमों की उलंघना करते हैं तो तस्वीर तुहानू फिर दिखा दें कि जिस तरह के नाल नंबर प्लेट है जो सरकारी नहीं लगी हुई एक छोटी जी नंबर प्लेट लगी हुई है तो चलान जरूर कागज़ चैक किए जा रहे हैं तो होर थोनों तस्वीर दिखाने कि मोटरसाइकिल रोके गए ने तो चलान उन्होंने लगातार किए जा रहे हैं तो इस तरह की जो मुक्तसर दे विच जो वड्डे हारन है जां कोई बुलट दे पटाके पाउंदे ने ते जां जिन्हां दे नंबर प्लेटां नहीं हुंदियां मूल वेटे हुंदे ने उन्हां दे भी चलान कीते जा रहे ने तस्वीरां तुहानू दिखा रहे हां कि लगातार पुलिस वल्लों कार्रवाई की जा रही है ते समें समें ते जागरूक भी लोकां नू कीता जा रहा है कि अजिहियां जो गतिविधियां बंद कीतियां जाण ते नियमां दी जो उलंघना ओह ना कीती जावे पर फिर भी कुछ लोग अजिहे ने जो नियमों की उलंघना करते हैं तो सख्त हदायत ने पुलिस वालों जेकर तुसी अजिहा करोगे तो इस तरह के नाल चलान कट्टे जाएंगे। तो SI साहब ने दसा है कि थां थां ते चप्पे चप्पे ते नाका लग्या होया ते साडे वालों नियमों की जो उलंघना करते हैं उन्होंने चलान किए जा रहे हैं तो अगे भी अजिही कार्रवाई है जो जारी रहेगी। श्री मुक्तसर साहब तो बूटा सिंह की रिपोर्ट।